ਤੋਂ ਮੈਂ ਉਸੇ ਖੇਤ ਚੋਂ ਤੁਹਾਡੇ ਰੂਬਰੂ ਹਾਂ। ਵਿੱਚ ਦੀ ਕੁਝ ਫੋਨ ਆਉਣ ਕਰਕੇ ਡਿਸਟਰਬੈਂਸ ਹੋ ਗਈ ਸੀ ਅਤੇ ਆਪਣਾ ਕਨੈਕਸ਼ਨ ਟੁੱਟ ਗਿਆ ਸੀ ਅਤੇ ਆਪਾਂ ਜਿਹੜੇ ਭਾਈ ਸਾਹਿਬ ਹੈਗੇ ਆ ਜ਼ੋਰਾਵਰ ਸਿੰਘ ਜੀ ਪਿੰਡ ਚਹਿਲ ਜ਼ਿਲ੍ਹਾ ਫਰੀਦਕੋਟ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਅਤੇ ਇਹ ਇੱਕ ਜੇ ਆਪਾਂ ਛੋਟੇ ਕਹੀਏ ਤਾਂ ਛੋਟੇ ਤੋਂ ਵੀ ਜਿਹੜੇ ਛੋਟੇ ਹੁੰਦੇ ਆ ਜ਼ਮੀਨ ਦੇ ਪੱਖੋਂ ਮਾਰਜਨਲ ਫਾਰਮਰ ਅੰਗਰੇਜ਼ੀ 'ਚ ਤਾਂ ਇੱਕ ਟਰਮ ਹੈਗੀ ਆ ਇਹ ਮਾਰਜਨਲ ਫਾਰਮਰ ਹੈ ਜਿਨ੍ਹਾਂ ਕੋਲ ਕੁੱਲ 14 ਕਨਾਲਾਂ ਜ਼ਮੀਨ ਹੈ ਅਤੇ 14 ਕਨਾਲਾਂ ਦੇ ਵਿੱਚ ਵੀ ਬੜੀ ਜ਼ਬਰਦਸਤ ਸਮਝ ਦੇ ਨਾਲ ਖੇਤੀ ਕਰਦੇ ਪਏ ਆ। ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਇਸ ਤਰ੍ਹਾਂ ਦੀ ਸਮਝ ਹੋਰ ਲੋਕਾਂ ਦੀ ਵੀ ਬਣੇ ਅਤੇ ਉਹ ਵੀ ਇਸ ਤਰੀਕੇ ਨਾਲ ਖੇਤੀ ਕਰਨ ਜਿਸ ਤਰੀਕੇ ਨਾਲ ਜ਼ੋਰਾਵਰ ਸਿੰਘ ਜੀ ਕਰਦੇ ਪਏ ਆ। ਅਤੇ ਆਪਾਂ ਜ਼ੋਰਾਵਰ ਸਿੰਘ ਜੀ ਨਾਲ ਗੱਲ ਕਰਦੇ ਹਾਂ। ਇਹਨਾਂ ਨੇ ਆਪਣੇ ਖੇਤ ਦੇ ਵਿੱਚ ਮਲਚਿੰਗ ਵਾਲੀ ਕਣਕ ਬੀਜੀ ਹੋਈ ਆ, ਮਲਚਿੰਗ ਵਾਲਾ ਚਾਰਾ ਬੀਜਿਆ ਹੋਇਆ ਪਸ਼ੂਆਂ ਲਈ, ਅਤੇ ਇਹਨਾਂ ਨੇ ਘਰ ਦੇ ਵਿੱਚ ਵੀ ਕਈ ਪ੍ਰਕਾਰ ਦੇ ਜਿਹੜੇ ਹੈਗੇ ਆ ਬੂਟੇ ਲਗਾ ਰੱਖੇ ਆ। ਅੰਗੂਰਾਂ ਦੀ ਵੇਲ ਹੈਗੀ ਆ, ਬਦਾਮਾਂ ਦਾ ਬੂਟਾ ਦਾ ਬੂਟਾ, ਅਮਰੂਦ ਲੱਗਿਆ ਹੋਇਆ, ਗੰਨਾ ਵੀ ਲੱਗਿਆ ਹੋਇਆ, ਚੀਕੂ ਵੀ ਇਹਨਾਂ ਦੇ ਘਰ 'ਚ ਲੱਗਿਆ ਹੋਇਆ, ਇਲਾਇਚੀ ਦਾ ਪੌਦਾ ਵੀ ਲੱਗਿਆ ਹੋਇਆ। ਸੋ ਮੈਂ ਹੁਣ ਤੁਹਾਨੂੰ ਉਹ ਜ਼ੋਰਾਵਰ ਸਿੰਘ ਜੀ ਨਾਲ ਮਿਲਵਾਉਣ ਲੱਗਾ। ਸਤਿ ਸ਼੍ਰੀ ਅਕਾਲ ਜ਼ੋਰਾਵਰ ਸਿੰਘ ਜੀ। ਜ਼ੋਰਾਵਰ ਸਿੰਘ ਜੀ, ਮੈਂ ਇਹ ਜਾਣਨਾ ਚਾਹਾਂਗਾ ਕਿ ਜਿਹੜੀ ਤੁਹਾਡੀ ਸਮਝ ਹੈ ਖੇਤੀ ਦੀ, ਮੈਨੂੰ ਤਾਂ ਲੋਕਾਂ ਨਾਲੋਂ ਵੱਖਰੀ ਲੱਗੀ ਹੈ। ਹੁਣ ਲੋਕ ਇਹਦੇ ਬਾਰੇ ਕੀ ਸੋਚਦੇ ਆ ਉਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਹੈਗਾ, ਪਰ ਮੈਨੂੰ ਲੱਗਦਾ ਕਿ ਤੁਸੀਂ ਕੁਝ ਹਟ ਕੇ ਕਰਦੇ ਪਏ ਹੋ। ਤੁਹਾਡੇ ਕੋਲ ਕੁੱਲ ਪਰਿਵਾਰ 'ਚ ਖੇਤੀ ਕਿੰਨੀ ਹੈ? ਕੁੱਲ ਪਰਿਵਾਰ ਦੇ ਵਿੱਚ ਮੇਰੇ ਕੋਲ 14 ਕਨਾਲਾਂ ਜੀ ਖੇਤੀ। 14 ਕਨਾਲਾਂ? ਤੇ ਤੁਹਾਡੇ ਸਾਂਝੀ ਖੇਤੀ ਕਿੰਨੀ ਸੀਗੀ? ਸਾਂਝੀ ਖੇਤੀ ਆਪਣੀ ਸਾਢੇ ਕੁ 3 ਕਿੱਲੇ ਸੀਗੀ ਜੀ, 4 ਕਿੱਲੇ ਇਹ ਵੰਡ ਕੇ 14 ਵੰਡ ਕੇ ਮਤਲਬ 14 ਰਹਿ ਗਈ ਜੀ ਮੇਰੇ 14 ਰਹਿ ਗਈ। ਹਾਂਜੀ, ਹੁਣ ਇਹਨਾਂ 14 ਕਨਾਲਾਂ ਦੇ ਵਿੱਚ ਤੁਹਾਡਾ ਗੁਜ਼ਾਰਾ ਚੱਲ ਜਾਂਦਾ? ਹਾਂਜੀ, ਬਹੁਤ ਜ਼ਿਆਦਾ ਵਧੀਆ ਜੀ। ਮਤਲਬ ਮੈਂ ਵੇਖਿਆ ਜਾ ਵੀ 4-5 ਕਿੱਲਿਆਂ ਵਾਲੇ ਤੋਂ ਵੀ ਚੰਗੀ ਰੋਟੀ ਖਾਂਦਾ ਜੀ। ਮਤਲਬ ਚੰਗੀ ਰੋਟੀ ਥੋੜ੍ਹੀ ਜਿਹੀ ਮਤਲਬ ਆਪਦਾ ਵੇਖ ਕੇ ਗਿਆ ਮਤਲਬ ਉਸ ਹਿਸਾਬ ਨਾਲ। ਨਹੀਂ, ਪਰ ਜਿਹੜਾ ਸਵਾਲ ਹੈ ਹਾਂਜੀ ਕਿ 14 ਕਨਾਲਾਂ ਦੇ ਵਿੱਚੋਂ ਮਤਲਬ ਚੰਗੀ ਰੋਟੀ ਖਾਣਾ, ਹਾਂਜੀ ਇਹ ਅੱਜ ਦੇ ਟਾਈਮ 'ਚ ਮੈਨੂੰ ਤਾਂ ਲੱਗਦਾ ਨਹੀਂ ਸੰਭਵ ਆ। ਤੁਸੀਂ ਕੋਈ ਨਾਲ ਹੋਰ ਵੀ ਕਿੱਤਾ ਕਰਦੇ ਹੋ? ਪ੍ਰਾਈਵੇਟ ਨਾਲ ਗਨਮੈਨ ਦੀ ਡਿਊਟੀ ਕਰਦਾ ਜੀ। ਉਹ ਮਤਲਬ ਮੇਰੇ ਸ਼ੌਂਕੀ ਤੌਰ 'ਤੇ ਆ, ਮਤਲਬ ਵੀ ਮੈਨੂੰ ਮਜਬੂਰੀ ਨਹੀਂ ਉਹ, ਅਤੇ ਮੇਰਾ ਇਹ 'ਚ ਨਾਲ ਬਹੁਤ ਜ਼ਿਆਦਾ ਵਧੀਆ ਗੁਜ਼ਾਰਾ ਚੱਲ ਰਿਹਾ ਮਤਲਬ ਇਸ ਟਾਈਮ। ਅੱਛਾ, ਠੀਕ ਆ। ਹੁਣ ਲੋਕਡਾਊਨ ਦਾ ਕਰਕੇ 1.5-2 ਸਾਲ ਹੋ ਗਏ, ਮਤਲਬ ਤਕਰੀਬਨ ਮੈਂ ਉੱਧਰੋਂ ਡਿਊਟੀ ਵੱਲੋਂ ਤਾਂ ਫ੍ਰੀ ਹਾਂ, ਇਕੱਲਾ ਖੇਤੀ 'ਤੇ ਹੀ ਆ। ਮੈਂ ਮਤਲਬ ਵੀ ਮਕਸਦ ਰੱਖਿਆ ਹੈਗਾ ਵੀ ਜਿਹੜੀਆਂ ਸਬਜ਼ੀਆਂ ਜੀ ਹਰ ਰੋਜ਼ ਆਪਾਂ ਨੂੰ ਲੋੜੀਦੀਆਂ ਉਹ ਖੇਤ ਦੇ ਵਿੱਚ ਹੁਣ ਘੱਟ ਜ਼ਹਿਰ ਵਾਲੀਆਂ, ਠੀਕ ਆ ਜੀ। ਨੰਬਰ 2 ਤੇ ਮਤਲਬ ਵੀ ਹੁਣ ਛੋਟਾ ਜ਼ਿਮੀਂਦਾਰ ਆਪਾਂ ਫਲ ਖੇਤ ਸ਼ਹਿਰੋਂ ਲਿਆ ਕੇ ਨਹੀਂ ਦੇ ਸਕਦਾ ਰੋਜ਼, ਉਹ ਮੈਂ ਫਲਾਂ ਦੇ ਬੂਟੇ ਲਾਏ ਹੋਏ ਆ, ਤੁਹਾਨੂੰ ਦਿਖਾਵਾਂਗਾ ਅੱਗੇ ਪਿੱਛੇ ਹੈਗੇ ਨੇ ਤੇ। ਹਾਂਜੀ, ਉਹ ਮਤਲਬ ਵੀ ਰੁੱਤ ਸਿਰ ਕੋਈ ਨਾ ਕੋਈ ਫਲ ਮਿਲਦਾ ਰਹਿੰਦਾ ਬੱਚਿਆਂ ਨੂੰ, ਬੱਚੇ ਵੀ ਜਾ ਆਉਂਦੇ ਆ, ਤੇ ਬਾਕੀ ਕਣਕ ਵੀ ਵਧੀਆ। ਤੇ ਆ ਤੁਸੀਂ ਮਿੱਤਰੋ ਇਹਨਾਂ ਦੀ ਕਣਕ ਵੇਖ ਲਓ। ਹਾਂਜੀ, ਇਹ ਮਲਚਿੰਗ ਵਾਲੀ ਕਣਕ ਹੈ। ਮਤਲਬ ਤੁਸੀਂ ਮਲਚਿੰਗ ਵਾਲੀ ਕਣਕ ਬਾਰੇ ਹੁਣ ਤਾਂ ਬਹੁਤ ਕੁਝ ਜਾਣ ਗਏ ਹੋਵੋਗੇ। ਝੋਨੇ ਦੇ ਵੱਢ 'ਚ ਬੀ ਦਾ ਅਤੇ DAP ਦਾ ਛੱਟਾ ਦੇ ਕੇ ਅਤੇ ਉਦੋਂ ਬਾਅਦ ਰੀਪਰ ਮਾਰ ਕੇ ਕਟਰ ਮਾਰ ਕੇ ਜਿਹੜਾ ਹੈਗਾ ਇਹ ਬੀ ਵਾਹਣ ਦੇ ਵਿੱਚ ਪਾਣੀ ਛੱਡਤਾ ਅਤੇ ਕਣਕ ਤੁਹਾਡੇ ਸਾਹਮਣੇ ਆ, ਜ਼ਬਰਦਸਤ ਆ, ਠੀਕ ਆ। ਅਤੇ ਇਹ ਹੁਣ ਇਹਨਾਂ ਦੀ ਜਿਹੜੀ ਸੋਚ ਆ ਉਹ ਕਹਿ ਰਹੇ ਆ ਕਿ ਛੋਟਾ ਕਿਸਾਨ ਰੋਜ਼ ਆਪਣੇ ਬੱਚਿਆਂ ਨੂੰ ਫਰੂਟ ਨਹੀਂ ਦੇ ਸਕਦਾ, ਛੋਟੇ ਨੂੰ ਛੱਡੋ ਵੱਡਾ ਕਿਹੜਾ ਦੇ ਸਕਦਾ, ਆਪਾਂ ਕਿਹੜਾ ਦੇ ਸਕਦੇ ਹਾਂ ਜੇ ਆਪਾਂ ਕਿਸੇ ਕੋਲ 10 ਕਿੱਲੇ 10 ਕਿੱਲਿਆਂ ਵਾਲਾ ਵੀ ਨਹੀਂ ਦਿੰਦਾ। ਤੇ ਇਹਨਾਂ ਨੇ ਇਸ ਸਮਝ ਦੇ ਨਾਲ ਕਿ ਇੱਕ ਵੱਟ ਤੇ ਲਾਏ, ਜੇ ਮੈਂ ਆਪਦੇ ਖੇਤ ਦੀ ਵੱਟ ਤੇ ਲਾ ਦਿਆਂ ਹਾਂਜੀ, ਤਾਂ ਆਹ ਤੁਸੀਂ ਦੇਖ ਰਹੇ ਹੋ ਅੰਬ ਦਾ ਬੂਟਾ ਜੀ, ਇਹ ਪਿਛਲੇ ਸਾਲ ਇਹਨੂੰ ਲੱਗੇ ਸੀ 2 ਅੰਬ ਜੀ, ਤੇ ਉੱਪਰ ਹੀ ਪਕਾਏ ਸੀ ਤੇ ਬਹੁਤ ਜ਼ਿਆਦਾ ਮਿਠਾਸ ਸੀਗੀ ਜੀ, ਤੇ ਐਂਦਕੀ ਮੈਨੂੰ ਉਮੀਦ ਆ ਵੀ ਇਹ ਤਾਂ 10-12 ਤਾਂ ਲੱਗਣਗੇ ਜੀ। ਠੀਕ ਆ, ਆਹ ਦੇਖੋ ਇਹ ਅੰਬ ਦਾ ਬੂਟਾ ਤੇ ਇਹਦੇ ਥੱਲੇ ਮਲਚਿੰਗ ਆ ਤੇ ਆ ਪਾਣੀ ਲਾਉਣ ਵਾਸਤੇ ਤੌੜਾ ਦੱਬਿਆ ਜੀ, ਇਹ ਮਤਲਬ ਇਹਨੂੰ ਸੈੱਲ ਚਾਹੀਦੀ ਹੈ, ਸੈੱਲ ਚਾਹੀਦੀ ਆ ਤੇ ਘੜਾ ਦੱਬਿਆ ਹੋਇਆ ਇਹਦੇ ਦੁਆਲੇ ਇਹਦੀ ਜੜ ਦੇ ਨਾਲ, ਤੇ ਆਪਦੀ ਲੋੜ ਦਾ ਪਾਣੀ ਇਹ ਅੰਬ ਦਾ ਬੂਟਾ ਆਪੇ ਹੀ ਲੈ ਰਿਹਾ। ਤੇ ਪਤਝੜ ਦੇ ਬਾਵਜੂਦ ਜਿਹੜਾ ਹੈਗਾ, ਜਿਹੜਾ ਹੁਣ ਮਹੀਨਾ ਲੰਘਿਆ ਉਹ ਪਤਝੜ ਵਾਲਾ ਸੀ, ਤੇ ਇਹਦੇ ਪੱਤੇ ਮੇਰਾ ਖਿਆਲ ਫਿਰ ਵੀ ਉਹਨੇ ਝੜੇ ਨਹੀਂ, ਕੋਈ ਅਸਰ ਨਹੀਂ ਹੈਗਾ। ਤੇ ਨਵੀਂ ਫੋਟ ਜਿਹੜੀ ਹੈਗੀ ਇਹਨੇ ਚੱਕਣੀ ਸ਼ੁਰੂ ਕਰ ਦਿੱਤੀ ਆ, ਤੇ ਨਾਲ ਇੱਧਰ ਜਾਮਣ ਲੱਗੀ ਹੋਈ ਆ। ਇੱਕ ਆਮ ਸਧਾਰਨ ਛੋਟੇ ਤੋਂ ਵੀ ਛੋਟਾ ਕਿਸਾਨ ਆ ਜ਼ੋਰਾਵਰ ਸਿੰਘ, ਤੇ ਉਹਦੀ ਸਮਝ ਦੇਖੋ ਕੀ ਕਹਿੰਦੀ ਆ। ਹੈਂਜੀ,
ਤਾਂ ਇਹ ਜਾਮਣ ਨੂੰ ਵੀ ਏਦਾਂ ਮਲਚਿੰਗ ਕੀਤੀ ਹੋਈ ਹੈ ਇਹਨਾਂ ਨੇ ਤੇ ਆ ਦੇਖੋ ਅੰਬ ਆ ਗਿਆ ਜਾਮਣ ਆ ਗਿਆ ਇਹ ਆੜੂ ਹੈ ਜੀ ਆੜੂ ਇੱਥੇ ਪਹਿਲਾਂ ਮਰੂਦਾਂ ਬੂਟਾ ਸੀ ਉਹ ਗਰਮੀ ਚ ਪੱਟਿਆ ਗਿਆ ਇਹ ਆੜੂ ਆ ਅੰਕਲ ਆਇਆ ਇਹ ਆੜੂ ਆ ਜੀ ਤੇ ਤੁਸੀਂ ਦੇਖੋ ਆੜੂ ਨੂੰ ਫੁੱਲ ਵੀ ਆਏ ਪਏ ਆ ਫਟਾਰਾ ਚੱਕ ਲਿਆ ਨਾਲ ਹੀ ਫੁੱਲ ਚੱਕੀ ਜਾਂਦਾ ਆੜੂ ਹਾਂਜੀ ਠੀਕ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਤੁਹਾਡਾ ਕੁਝ ਘਰ ਦਾ ਆ ਮਰੂਦ ਦਾ ਬੂਟਾ ਆ ਗਿਆ ਜੀ ਫਿਰ ਇਹ ਅਮਰੂਦ ਆ ਗਿਆ ਹਾਂਜੀ ਹਾਂ ਠੀਕ ਹੈ ਜੀ ਇਹ ਫਿਰ ਐਂਤਕੀ ਲਾਈ ਕਰਕੇ ਮਤਲਬ ਵੀ ਛੋਟਿਆ ਹੈ ਆਪਾਂ ਹੁਣ ਦੇਖ ਲਿਆ ਵੀ ਚਾਰ ਤਰ੍ਹਾਂ ਦਾ ਫਰੂਟ ਇੱਥੋਂ ਤੱਕ ਆ ਗਿਆ ਕਿੰਨੂ ਆ ਗਿਆ ਜੀ ਪੰਜਵਾਂ ਕਿੰਨੂ ਆ ਗਿਆ ਹਾਂਜੀ ਤੇ ਛੇਵਾਂ ਇਹ ਕੀ ਆ ਜੀ ਜਾਮਣ ਜਾਮਣੀ ਹੈ ਜੀ ਅੱਛਾ ਜਾਮਣ ਸਾਨੇ ਪੰਜ ਹੋ ਗਏ ਜਾਮਣਾ ਦੋ ਹੋ ਗਈ ਦੋ ਹੋ ਗਈਆਂ ਜਾਮਣਾ ਜੀ ਤੇ ਇਸ ਤੋਂ ਇਲਾਵਾ ਇੱਕ ਅਮਰੂਦ ਫੇਰ ਆ ਗਿਆ ਹੈ ਹਾਂਜੀ ਇਹ ਆਵਲੇ ਦਾ ਬੂਟਾ ਆ ਗਿਆ ਜੀ ਅਮਰੂਦ ਵੀ ਆ ਗਿਆ ਪਹਿਲਾਂ ਇਹਨਾਂ ਨੇ ਖਾ ਲਿਆ ਤੇ ਨਵਾਂ ਫਟਾਰਾ ਤੇ ਨਵੇਂ ਅਮਰੂਦ ਮਲਚਿੰਗ ਕਰਕੇ ਨਾ ਇਹ ਮਿਠਾਸ ਬਹੁਤ ਆ ਇਹਨਾਂ ਚ ਇੱਥੇ ਵੀ ਮਲਚਿੰਗ ਕੀਤੀ ਹੋਈ ਹੈ ਠੀਕ ਹੈ ਜੀ ਮਲਚਿੰਗ ਦਾ ਬਹੁਤ ਹੀ ਜ਼ਬਰਦਸਤ ਰਿਜ਼ਲਟ ਹੈ ਰੋਲ ਆ ਜੀ ਤੇ ਰਿਜ਼ਲਟ ਆ ਖੇਤੀ ਦੇ ਵਿੱਚ ਆ ਇੱਥੇ ਇਧਰ ਮੈਂ ਗੰਨੇ ਲਾਏ ਹੋਏ ਸੀਗੇ ਜੀ ਆ ਪਰਾਲੀ ਵਿੱਚ ਇਸ ਤਰ੍ਹਾਂ ਹੀ ਮੈਂ ਖੋਰੀ ਰੱਖੀ ਆ ਹੁਣ ਦੇਖੋ ਜੀ 14 ਕਨਾਲਾਂ ਦੀ ਖੇਤੀ ਦੇ ਵਿੱਚ ਹਾਂ ਪੰਜ ਕ ਆ ਬੇਰੀ ਵੀ ਆਪਣੀ ਹੈ ਹਾਂਜੀ ਇਹ ਬੇਰੀਆਂ ਵੀ ਆਪਣੀਆਂ ਨੇ ਬੇਰੀ ਸਨ 8 ਤਰ੍ਹਾਂ ਦਾ ਫਰੂਟ ਹੋ ਗਿਆ ਹਾਂ ਇੱਕ ਦੋ ਅੱਗੇ ਗੱਬੂ ਕੋਸ਼ਾ ਵੀ ਆ ਗਿਆ ਠੀਕ ਹੈ ਹਾਂਜੀ 8-10 ਤਰ੍ਹਾਂ ਦਾ ਤਾਂ ਬਾਈ ਫਰੂਟ ਲਾਈ ਬੈਠਾ ਹਾਂਜੀ ਆ ਇਹ ਤਾਂ ਹੋ ਗਿਆ ਆ ਜਿਹੜੀ ਮਰਲੇ ਗੁੜ ਵਾਸਤੇ ਹਾਂਜੀ ਇਹਦੇ 'ਚ ਬਾਈ ਗੰਨਾ ਵੀ ਲਾਈ ਬੈਠਾ ਸੀ ਇਹ ਗੁੜ ਵਾਸਤੇ ਜੀ ਕਿੰਨਾ ਗੁੜ ਬਣ ਗਿਆ ਹੋ ਤੁਹਾਡਾ ਇਹ ਮਤਲਬ ਵੀ ਕੁਆਂਟਲ ਦਾ ਆਰਾਮ ਨਾਲ ਮਤਲਬ ਗੁੜ ਹੈਗਾ ਜੀ ਮਤਲਬ ਹਾਂ ਜੀ ਪੰਜ ਮਰਲੇ ਚੋਂ ਆਰਾਮ ਨਾਲ ਪੰਜ ਮਰਲਿਆਂ ਚੋਂ ਕੁਆਂਟਲ ਗੁੜ ਉਹ ਕੁਆਂਟਲ ਗੁੜ ਘਰ ਦਾ ਗੁੜ ਨਾਲੇ ਰੱਜ ਕੇ ਚੁੱਪੇ ਜੀ ਦੀਵਾਲੀ ਤੋਂ ਲੈ ਕੇ ਹੁਣ ਤੱਕ 2-2.5 ਮਹੀਨੇ ਗੰਨੇ ਦੋ ਰੋਜ਼ ਜੈ ਗੰਨੇ ਜਵਾਕ ਚੁੱਪਦੇ ਮੈਂ ਵੀ ਰੋਜ਼ ਘਰੇ ਜਾਂਦੇ ਹੁੰਦੇ ਗੰਨੇ ਠੀਕ ਹੈ ਜੀ ਔਰ ਦੂਸਰੀ ਗੱਲ ਇੱਕ ਮੇਰਾ ਬਾਲਣ ਵਾਸਤੇ ਦੇਖੋ ਜੀ ਆਹ ਮੇਰੇ ਹੱਦ ਤੇ ਨਾ ਛਪੈਦੇ ਲਾਏ ਹੋਏ ਆ ਹਰ 6 ਮਹੀਨੇ ਬਾਅਦ ਛਾਂਗ ਲਈਦੇ ਆ ਤੇ ਇਹ ਮੈਨੂੰ ਟਰਾਲੀ ਬਾਲਣ ਦੀ ਡੇਢ ਟਰਾਲੀ ਆਰਾਮ ਨਾਲ ਬਣ ਜਾਂਦੀ ਹੈ ਜੀ ਤੇ ਸਾਲ ਸਾਰਾ ਦੇਖੋ ਜੀ ਇਹ ਕਹਿੰਦੇ ਹੱਦ ਤੇ ਸਫੈਦੇ ਲਾਏ ਆ ਹਾਂਜੀ ਇਹ ਮਤਲਬ ਥੋੜਾ 5-4 ਫੁੱਟ ਛੱਡ ਕੇ ਵੱਢ ਦੇਈਦੇ ਉਤੋਂ ਫੇਰ ਫੁੱਟ ਆਉਂਦੇ ਆ ਤੇ ਆਹ ਤੂਤ ਲਾਏ ਤਿੰਨ ਜੀ ਇਹ ਆਪਣਾ ਆ ਤਾਂ ਤੂਤੀਆਂ ਵਾਲਾ ਸਪੈਸ਼ਲ ਤੂਤ ਆਹ 2 ਟੋਕਰਿਆਂ ਵਾਲੇ ਜੀ ਇਹ ਟੋਕਰਿਆਂ ਵਾਲੇ ਤੇ ਆਹ ਤੂਤੀਆਂ ਵਾਲਾ ਹਾਂਜੀ ਤੂ ਇਹ ਲੰਮੀ ਤੂਤੀ ਆ ਇਹ ਲੰਮੀ ਤੂਤੀ ਵਾਲਾ ਉਂਗਲ ਜਿਹੜੀ ਤੂਤਾ ਬਾਈ ਇਹ ਹਾਂਜੀ ਹਾਂ ਤੇ ਆਹ ਸੁਹਾਂਜਣਾ ਦਾ ਬੂਟਾ ਆ ਬੇਰੀਆਂ ਆ ਗਿਆ ਹਾਂਜੀ ਤੇ ਸੁਹਾਂਜਣਾ ਵੀ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਅੱਗੇ ਤੋਂ ਆਪਣਾ ਟਿੱਬਾ ਵੀ ਆਪਣਾ ਹੀ ਹਾਂ ਟਿੱਬਾ ਵੀ ਇਹਨਾਂ ਦਾ ਇਹ ਤੇ ਆਪਾਂ ਮਾਰੂ ਚੀਜ਼ ਆ ਜੀ ਤੁਹਾਨੂੰ ਦਿਖਾਉਂਦੇ ਹਾਂ ਜੀ ਆਈ ਸ਼ਾਵਾ ਇਹ ਬੱਲੇ ਬੱਲੇ ਇਹ ਸਰੋਂ ਆਪਣੀ ਮਾਰੋ ਸਰੋਂ ਇਹ ਵੀ ਬਰਾਨੀ ਸਰੋਂ ਆ ਦੇਖੋ ਹਾਂਜੀ ਹਾਂਜੀ ਪਿਛਲੇ ਸਾਲ ਤਾਂ ਇਹ ਪੂਰੇ ਜ਼ਿਆਦਾ ਸੀ ਮਤਲਬ ਕਿ ਮੀਂਹ ਘੱਟ ਪੈਣੇ ਕਰਕੇ ਨਾ ਮਤਲਬ ਥੋੜੇ ਏਰੀਏ ਚ ਹੋਈ ਆ ਜੇ ਬੀਜੀ ਆ ਬਾਅਦ ਚ ਉੱਗੇ ਹੁਣ ਚੱਲ ਜਾਵੇ ਹਾਂਜੀ ਜਿੰਨੇ ਕਹੇ ਗਏ ਆ ਕਹਿ ਲਿਆ ਕੰਮ ਤੇ ਇਹ ਸਾਲ ਲਈ ਬਹੁਤ ਵਧੀਆ ਲੱਗੀ ਹੋਈ ਆ ਹਾਂ ਮੇਰੀ ਤੇ ਇਹ ਤਾਂ ਜਵਾਕਾਂ ਨੇ ਖਾ ਲਏ ਬੇਰ ਬਹੁਤ ਜ਼ਿਆਦਾ ਲੱਗੇ ਸੀ ਇਹਦੇ ਥੱਲੇ ਕੀੜਿਆਂ ਦਾ ਭੌਣ ਕਰਕੇ ਠੀਕ ਆ ਠੀਕ ਤੇ ਬਾਈ ਹੁਣ ਆਪ ਹੀ ਦੇਖ ਲਓ ਆ ਇੱਕ ਆ ਗੱਬੂ ਕੁਛ ਦਾ ਬੂਟਾ ਜੀ ਇਹ ਹੁਣ ਪੱਤੇ ਸੱਟ ਗਿਆ ਚੱਲੂਗਾ ਇਹ ਐਂਦਕੀ ਸ਼ਾਇਦ ਇਹਨੇ ਫਲ ਲੱਗੇ ਹੋਣਾ ਜੀ ਇਹ ਹੁਣ ਫਟਾਰਾ ਚੱਕੂਗਾ ਹਾਂ ਗੱਬੂ ਕੁਛ ਦਾ ਬੂਟਾ ਇਹ ਬੱਬੂ ਕੁਛ ਦਾ ਬੂਟਾ ਤੇ ਉਸ ਤੋਂ ਬਾਅਦ ਉਹ ਛਪਾਈਦੇ ਉਹਨਾਂ ਦੇ ਨਾਲ ਮੈਂ ਤਾਰਾਂ ਵਾਲ ਕੇ ਉੱਥੇ ਸਬਜ਼ੀ ਲਾਈਦੀ ਆ ਮਤਲਬ ਕੱਦੂ ਤੋਰੀਆਂ ਉਹ ਉਹਦੇ ਤਾਰਾਂ ਤੋਂ ਦਿਖਾਉਣਾ ਉਹ ਵੀ ਜਾਲ ਪਾਇਆ ਮੇਰਾ ਅੱਛਾ ਹਾਂਜੀ ਤਾਂ ਮਿੱਤਰ ਪਿਆਰੇ ਉਹ ਵੀ ਇੱਕ 14 ਦੇ ਵਿੱਚ ਵੀ ਆਹ ਟਿੱਬਾ ਜੀ ਮੇਰਾ ਤੇ ਇਹ ਟਿੱਬਾ ਇਹਦੇ ਤੇ ਵੀ ਆਏ ਆ ਛੋਲੇ ਲਾਏ ਹੋਏ ਜੀ ਛੋਲੇ ਵੀ ਲਾਏ ਹੋਏ ਆ ਛੋਲੇ ਲਾਏ ਹੋਏ ਨਾਲ ਸਰੋਂ ਵੀ ਆ ਵਿੱਚ ਸੁੱਤੀ ਹੋਈ ਹੈ ਜੀ ਇਹ ਟੱਕ ਨਾਲ ਛੋਲੇ ਲਾਏ ਹੋਏ ਆ ਇਹ ਮਾਰੂ ਛੋਲੇ ਮਤਲਬ ਜੀ ਹੁਣ ਮੈਂ ਇਹ ਚ ਮੂੰਗੀ ਲਾਉਂਗਾ ਮਾਰੂ ਜੀ ਆ ਹੁਣ ਆ ਮਾਰਚ ਚ ਮੀਂਹ ਪੈ ਗਿਆ ਨਾ ਮੂੰਗੀ ਲਾ ਦੇਣੀ ਜੀ ਹਾਂਜੀ ਜੀ ਜੀ ਚਲੋ ਇਹਨਾਂ ਦਾ ਹੁਣ ਇਹ ਗੱਲ ਸਿਰਫ ਇਹ ਨਹੀਂ ਹੈਗੀ ਕਿ ਇਹ ਕੀ ਲਾਈ ਬੈਠੇ ਆਪਾਂ ਉਹ ਦੇਖੀਏ ਗੱਲ ਇਹ ਆ ਕਿ ਇਹਨਾਂ ਦੀ ਸਮਝ ਕੀ ਆ ਸਾਰੇ ਮਸਲੇ ਨੂੰ ਲੈ ਕੇ ਆਪਣੇ ਆਪਣੀ ਅਮਲ ਚ ਗੱਲ 30-86 ਕਣਕ ਆ ਇਹ ਜੀ ਹਾਂਜੀ ਹਾਂ ਤੇ ਇਹ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਅੱਛਾ ਮਾਲਚ ਨਾਲ 30-86 ਵੀ ਲਾਈ ਹਾਂਜੀ ਇੱਥੇ ਆ ਚੌਲੇ ਸੀਗੇ ਜੀ ਆਪਣੇ ਆਪੇ ਬੂਟੇ ਦਾ ਇਹ ਆ ਆਪਣਾ ਜਾਲ ਪਾਇਆ ਜੀ ਕਿਉਂਕਿ ਮੈਂ ਇੱਥੋਂ ਕਰਕੇ ਦਰਖਤ ਵੱਢਦਾ ਇਹ ਤਾਂ ਉੱਪਰੋਂ ਇਹ ਬਾਲਣ ਲਈ ਕੰਮ ਆਉਂਦਾ ਆ ਥੱਲੇ ਆ 3 ਤਾਰਾਂ ਮੈਂ ਲਾਈਆਂ ਪਲਾਸਟਿਕ ਦੀਆਂ ਜੀ ਇਹਦਾ ਜਾਲ ਪਾਇਆ ਜੀ ਇੱਥੇ ਪਹਿਲਾਂ ਤੋਰੀਆਂ ਸੀਗੀਆਂ ਇੱਧਰ ਗਾਂ ਕੱਦੂ ਸੀਗੇ ਜੀ ਤੇ ਇਹ ਬਿਲਕੁਲ ਨਾਲ ਜਮਾਂ ਵੱਟਦੇ ਮਤਲਬ ਕੋਈ ਜਗ੍ਹਾ ਦਾ ਕੋਈ ਪ੍ਰੋਬਲਮ ਨਹੀਂ ਆ ਕੱਦੂ ਦੇਖੋ ਪਏ ਤਾਂ ਲੱਗੇ ਆ ਉਹ ਦੇਖੋ ਜੀ ਹਾਂ ਆਓ ਤਾਂ ਲੱਗੇ ਉਹ ਦੇਖੋ ਬਾਈ ਮਤਲਬ ਵੀਰ ਕੇ ਇਹ ਕਿੰਨੇ ਕਿੰਨੇ ਆ 1-2-3-4-5 ਹਾਂਜੀ 6 ਕੱਦੂ ਕਿੱਡੇ ਕਿੱਡੇ ਉੱਪਰ ਲਮਕਦੇ ਪਏ ਆ ਹਾਂ ਇੱਕ ਉੱਪਰ ਹੋਰ ਲਮਕਦੇ
ਇੱਕ ਆ ਤੋਰੀਆਂ ਇਧਰ ਆ ਤੋਰੀਆਂ ਪੱਕ ਗਈਆਂ ਵੀਰ ਹੁਣ ਇਹਨਾਂ ਦਾ ਬੀਜ ਮਤਲਬ ਮੈਂ ਬੀਜਾਂ ਦੇ ਥੱਲੇ ਹਾਂਜੀ ਹਾਂ ਤੋਰੀਆਂ ਜਿਹੜੀਆਂ ਉੱਪਰ ਪੱਕੀਆਂ ਹਾਂ ਹੈ ਤਾਂ ਇਹ ਆ ਵਿਖਾ ਜਾਲ ਲਾਇਆ ਵੇ ਜੀ ਜਾਲ ਚ ਵਧੀਆ ਆ ਜਾਂਦੇ ਜੀ ਬਾਕੀ ਚਲੋ ਹੁਣ ਆਪਾਂ ਇੱਥੇ ਰੁਕਦੇ ਆ ਹਾਂਜੀ ਠੀਕ ਆਪਾਂ ਲੋਕ ਨਾ ਫਿਰ ਟਾਈਮ ਥੋੜਾ ਹਾਂਜੀ ਹਾਂਜੀ ਠੀਕ ਘੱਟ ਰਾਜੀ ਹੁੰਦੇ ਬਾਹਲਾ ਟਾਈਮ ਦੇਖ ਕੇ ਰਾਜੀ ਨਹੀਂ ਹੁੰਦੇ ਤਾਂ ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ ਜ਼ੋਰਾਵਰ ਸਿੰਘ ਇਹਨਾਂ ਦਾ ਨਾਮ ਹੈ ਪਿੰਡ ਚਹਿਲ ਜ਼ਿਲ੍ਹਾ ਫਰੀਦਕੋਟ 14 ਕਨਾਲਾਂ ਕੁੱਲ ਖੇਤੀ ਆ ਜਿਹਦੇ ਵਿੱਚੋਂ 13 ਕਨਾਲਾਂ ਇਹਨਾਂ ਨੇ ਕਣਕ ਬੀਜੀ ਹੋਈ ਆ ਪੰਜ ਕਨਾਲਾਂ ਇੱਕ ਪਾਸੇ 8 ਕਨਾਲਾਂ ਇੱਕ ਪਾਸੇ ਅਤੇ ਸਾਰੀ ਕਣਕ ਮਲਚਿੰਗ ਵਿਧੀ ਨਾਲ ਬੀਜੀ ਆ ਅਤੇ ਕਣਕ ਬੜੀ ਜ਼ਬਰਦਸਤ ਆ ਉਹ ਤੁਸੀਂ ਦੇਖ ਹੀ ਚੁੱਕੇ ਹੋ ਅਤੇ ਆਹ ਵੀ ਦੇਖ ਲਓ ਆਹ ਵੀ 30-86 ਕਣਕ ਹੈ ਮਲਚਿੰਗ ਵਾਲੀ ਆ ਠੀਕ ਹੈ ਜੀ ਇਹ ਹੁਣ ਇੱਧਰ ਆ ਜਾਲ ਆਪਾਂ ਵਿੱਚ ਨਹੀਂ ਉੱਤਰ ਸਕਦੇ ਤੇ ਜਾਲ ਖਤਮ ਹੋ ਜਾ ਚਲੋ ਕੋਈ ਨਹੀਂ ਇਹ ਤਾਂ ਹੁਣ ਆਪਾਂ ਉਹ ਵੀ ਦਿਖਾਈ ਦਿੱਤੀ ਆ ਤੇ ਜੇ ਤੁਹਾਡੇ ਕੋਲ ਬਾਈ 2 ਮਿੰਟ ਹੈਗੇ ਆ ਤਾਂ ਅਸੀਂ ਤੁਹਾਨੂੰ ਇਹਨਾਂ ਨੇ ਜਿਹੜੇ ਪੱਠੇ ਬੀਜੇ ਹੋਏ ਆ ਮਲਚਿੰਗ ਵਾਲੇ ਇਹਨਾਂ ਨੇ ਮੇਰੀ ਇੱਕ ਵੀਡੀਓ ਵੇਖੀ ਸੀ ਜਿਹਦੇ ਵਿੱਚ ਮਲਚਿੰਗ ਵਾਲੀ ਕਣਕ ਦੀ ਗੱਲ ਕੀਤੀ ਆਪਾਂ ਉਹ ਵੀਡੀਓ ਦੇਖ ਕੇ ਇਹਨਾਂ ਨੇ ਵੀ ਮਲਚਿੰਗ ਵਾਲੀ ਕਣਕ ਬੀਜਣ ਦਾ ਪ੍ਰੋਗਰਾਮ ਬਣਾਇਆ ਅਤੇ ਕਣਕ ਬੀਜ ਲਈ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਲਗਾਤਾਰ ਇਹ ਗੱਲ ਕਰਦੇ ਰਹੇ ਅਤੇ ਮੈਨੂੰ ਇਹ ਕਹਿੰਦੇ ਰਹੇ ਕਿ ਕਿਸੇ ਦਿਨ ਆਓ ਅਤੇ ਅੱਜ ਮੈਂ ਤਰਨ ਤਾਰਨ ਇੱਕ ਕੈਂਪ ਲਾਉਣ ਗਿਆ ਸੀ ਉੱਥੋਂ ਮੁੜਦਾ ਹੋਇਆ ਜਦੋਂ ਚਹਿਲ ਪਿੰਡ ਦਾ ਬੋਰਡ ਮੈਨੂੰ ਦਿਸਿਆ ਅਤੇ ਮੈਂ ਆਖਿਆ ਵੀ ਚਲੋ ਇਹਨਾਂ ਨੂੰ ਫੋਨ ਕਰਦੇ ਹਾਂ ਤਾਂ ਮੈਂ ਇਹਨਾਂ ਨੂੰ ਫੋਨ ਲਾ ਲਿਆ ਅਤੇ ਇਹ ਘਰ ਹੀ ਸੀਗੇ ਅਤੇ ਫਿਰ ਮੈਂ ਆਖਿਆ ਵੀ ਮੈਂ ਆ ਜਾਂਦਾ ਅਤੇ ਇਹ ਮੈਨੂੰ ਆ ਕੇ ਅੱਗੋਂ ਲੈ ਗਏ ਅਤੇ ਫਿਰ ਮੈਂ ਇਹਨਾਂ ਦੇ ਘਰ ਗਿਆ ਘਰ ਦੇ ਵਿੱਚ ਦੇਖਿਆ ਵੀ 10 ਮਰਲੇ ਜਗ੍ਹਾ ਦੇ ਵਿੱਚ ਕਿੰਨਾ ਹੀ ਕੁਛ ਕਰੀ ਬੈਠਿਆ ਇਹ ਉੱਥੇ ਬਦਾਮਾਂ ਦਾ ਬੂਟਾ ਲੱਗਿਆ ਹੋਇਆ ਉੱਥੇ ਸੇਬ ਦਾ ਬੂਟਾ ਲੱਗਿਆ ਹੋਇਆ ਉੱਥੇ ਕਿੰਨੂ ਲੱਗਿਆ ਉੱਥੇ ਨਿੰਬੂ ਲੱਗਿਆ ਉੱਥੇ ਚੀਕੂ ਲੱਗਿਆ ਉੱਥੇ ਅੰਗੂਰਾਂ ਦੀ ਵੇਲ ਲੱਗੀ ਆ ਠੀਕ ਹੈ ਇਹਨਾਂ ਦੇ ਘਰ ਦੇ ਵਿੱਚ ਇਲਾਇਚੀਆਂ ਦਾ ਬੂਟਾ ਵੀ ਲੱਗਿਆ ਹੋਇਆ ਅਤੇ ਜਿਹੜਾ ਚੀਕੂ ਆ ਉਹਦੇ ਥੱਲੇ ਪੁਦੀਨਾ ਵੀ ਲੱਗਿਆ ਹੋਇਆ ਤਾਂ ਇੱਕ ਬੰਦਾ ਆਪਣੇ ਘਰ ਦੇ ਵਿੱਚ ਇੰਨਾ ਕੁਛ ਕਰੀ ਬੈਠਾ ਅਤੇ ਖੇਤ ਦੇ ਵਿੱਚ ਵੀ ਤੁਸੀਂ ਦੇਖੋ ਕਿੰਨਾ ਕੁਝ ਕਰੀ ਬੈਠਾ ਹੈ ਅਤੇ ਹੁਣ ਜ਼ਮੀਨ ਤਾਂ ਭਾਵੇਂ ਘੱਟ ਆ ਪਰ ਸਮਝ ਤਾਂ ਵੱਧ ਆ ਨਾ ਜ਼ਮੀਨ ਛੋਟੀ ਹੋਣਾ ਕੋਈ ਬਾਹਲੀ ਅਹਿਮੀਅਤ ਨਹੀਂ ਰੱਖਦਾ ਜੇ ਸਮਝ ਵੱਡੀ ਆ ਬੰਦੇ ਦੀ ਹੈ ਨਾ ਤਾਂ ਸਮਝ ਵੱਡੀ ਆ ਜਦੋਂ ਮੈਂ ਇਹਨਾਂ ਨਾਲ ਘਰ ਬੈਠਾ ਚਾਹ ਪੀ ਜਾਂਦਾ ਸੀ ਤਾਂ ਇਹਨਾਂ ਨੇ ਇੱਕ ਗੱਲ ਕਹੀ ਉਹ ਗੱਲ ਤੁਹਾਨੂੰ ਵੀ ਸਾਰਿਆਂ ਨੂੰ ਕੰਨ 'ਚ ਪਾ ਲੈਣੀ ਚਾਹੀਦੀ ਆ ਇਹ ਕਹਿੰਦੇ ਵੀ ਮੈਂ ਜਿੰਨੇ ਕੁ ਸਾਧਨਾਂ ਦਾ ਮਾਲਕ ਹਾਂ ਉਨੇ ਕੁ ਸਾਧਨਾਂ ਦੇ ਸਿਰ 'ਤੇ ਮੈਂ ਆਪਦੇ ਜਵਾਕਾਂ ਨੂੰ ਕਾਰਾਂ ਕੋਠੀਆਂ ਤਾਂ ਨਹੀਂ ਪਾ ਕੇ ਦੇ ਸਕਦਾ ਪਰ ਮੈਂ ਆਪਣੇ ਜਵਾਕਾਂ ਨੂੰ ਚੰਗੀ ਸਿਹਤ ਜ਼ਰੂਰ ਦੇ ਸਕਦਾ ਇਹ ਜਿਹੜੀ ਗੱਲ ਹੈ ਇਹ ਗੱਲ ਤਾਂ ਬਈ ਆਪਾਂ ਨੂੰ ਸਾਰਿਆਂ ਨੂੰ ਵੀ ਡੰਡ ਬੰਨ ਲੈਣੀ ਚਾਹੀਦੀ ਆ ਵੀ ਜਿੰਨੇ ਇਹਨਾਂ ਕੋਲ ਸਾਧਨ ਹੈਗੇ ਆ ਉਨੇ ਸਾਧਨਾਂ ਦਾ ਇਸਤੇਮਾਲ ਕਰਕੇ ਇਹ ਕਹਿੰਦੇ ਆ ਕਿ ਮੈਂ ਜਿੰਨੀ ਮੇਰੀ ਚਾਦਰ ਹੈ ਉਹਦੇ ਹਿਸਾਬ ਨਾਲ ਕਾਰਾਂ ਕੋਠੀਆਂ ਤਾਂ ਆਪਦੇ ਜਵਾਕਾਂ ਨੂੰ ਨਹੀਂ ਦੇ ਸਕਦਾ ਪਰ ਚੰਗੀ ਸਿਹਤ ਜ਼ਰੂਰ ਦੇ ਸਕਦਾ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਮਿਰਚਾਂ ਦੇ ਬੂਟੇ ਲਾਏ ਹੋਏ ਜੀ ਕਿਤੇ ਮੈਂ ਦੇਖੋ ਜ਼ਮੀਨ ਛੋਟੀ ਹੋਣਾ ਹਾਂਜੀ ਆ ਵੱਟ ਤੇ ਖਾਲੇ ਦੀ ਵੱਟ ਤੇ ਲਾ ਦੇਗੇ ਹਾਂਜੀ ਦੇਖੋ ਜ਼ਮੀਨ ਛੋਟੀ ਹੋਣਾ ਮੈਟਰ ਨਹੀਂ ਕਰਦਾ ਸੋਚ ਨਾ ਛੋਟੀ ਹੋਵੇ ਬੰਦੇ ਦੀ ਤੇ ਇਹਨਾਂ ਨੇ ਮਿਰਚਾਂ ਦੇ ਬੂਟੇ ਵੀ ਲਾ ਦਿੱਤੇ ਆ ਹਾਂਜੀ ਇਹ ਦੱਸ ਸ਼ਿਮਲਾ ਮਿਰਚ ਦੇ ਕੁਛ ਕਚਾਰੀ ਮਤਲਬ ਅਚਾਰੀ ਮਿਰਚ ਦੇ ਹਾਂ ਕੋਚਾਰੀ ਮਿਰਚ ਦੇ ਕੋਸ਼ ਸ਼ਿਮਲਾ ਠੀਕ ਹੈ ਹੁਣ ਵੀ ਬੂਟੇ ਲਾਏ ਹੋਏ ਆ ਸਬਜੀ ਤੁਹਾਨੂੰ ਦਿਖਾਉਣੀ ਸਾਰੀ ਆਪਾਂ ਪਹਿਲਾਂ ਪੱਠੇ ਦਿਖਾ ਦਈਏ ਮਲਚ ਵਾਲੇ ਸੋ ਦੋਸਤੋ ਤੁਸੀਂ ਮਲਚਣ ਵਾਲੀ ਕਣਕ ਦੀ ਗੱਲ ਤਾਂ ਬਥੇਰੀ ਸੁਣ ਲਈ ਤੇ ਹੁਣ ਆ ਦੇਖੋ ਹਾਂਜੀ ਮਲਚਿੰਗ ਆ ਥੱਲੇ ਤੇ ਇਹ ਹੈਗੇ ਆ ਮਲਚਿੰਗ ਵਾਲੇ ਪੱਠੇ ਪੱਠੇ ਭਾਜੀ ਇਹਦੇ ਬਾਰੇ ਜ਼ਰੂਰ ਦੱਸੋ ਅੱਗੇ ਚੱਲੋ ਇਹ ਹੁਣ ਭਾਜੀ ਮੈਂ ਦੂਜੀ ਮੋਨੀ ਚਾਰ ਰਿਹਾ ਪਹਿਲੀ ਮੋਨੀ ਚਾਰਤੀ ਚਾਰ 5-5 ਫੁੱਟ ਦੇ ਨੇੜੇ ਸੀਗੀ ਪਹਿਲੀ ਮੋਨੀ 'ਚ ਬਹੁਤ ਜ਼ਬਰਦਸਤ ਹੋਈ ਅਤੇ ਛੇਤੀ ਤਿਆਰ ਹੋ ਗਈ ਮਤਲਬ 35-40 ਦਿਨਾਂ 'ਚ ਵੱਢਣ ਵਾਲੀ ਹੋ ਗਈ ਸੀ ਟੱਕ ਲਾਇਆ ਅੱਛਾ ਤੀਜੇ ਹਾਂ ਹੁਣ
ਇਹ 13 ਅਕਤੂਬਰ ਨੂੰ ਬੀਜੇ ਸੀਗੇ ਜੀ ਮਲਚਿੰਗ ਨਾਲ ਜੀ ਹਾਂਜੀ ਛਿੱਟਾ ਦੇ ਕੇ ਮਤਲਬ ਤਰੀਕਾ ਦੱਸ ਦਿਓ ਲੋਕਾਂ ਹਾਂਜੀ ਇਹ ਮਤਲਬ ਮੈਂ 11 ਝੋਨੇ ਦਾ ਵਾਢਾ ਜੀ ਤੇ ਇਹਦਾ ਉੱਤੋਂ ਜਿਹੜਾ ਲਿਆਦੀ ਜੀ ਸੀ ਉਹ ਖਿਲਾਰ ਕੇ ਤੇ ਮੈਂ ਸਰੋਂ ਬਰਸੀਨ ਤੇ ਜਮੀ ਦਾ ਤਿੰਨਾਂ ਚੀਜ਼ਾਂ ਦਾ ਛਿੱਟਾ ਦੇ ਕੇ ਤੇ ਰੀਪਰ ਮਾਰ ਕੇ ਤੇ ਪੱਧਰਾ ਕਰਕੇ ਤੇ ਪਾਣੀ ਲਾਤਾ ਸੀਗਾ ਜੀ ਅੱਛਾ ਢੇਰੀਆਂ ਇੱਕਸਾਰ ਕਰਕੇ ਢੇਰੀਆਂ ਇੱਕਸਾਰ ਕਰਕੇ ਪਾਣੀ ਲਾਤਾ ਸੀਗਾ ਜੀ ਜੀ ਤੇ ਇਹ ਬਹੁਤ ਵਧੀਆ ਜ਼ਬਰਦਸਤ ਹੋਏ ਜੀ ਪੱਠੇ ਮਤਲਬ ਇਹਨਾਂ ਨੂੰ ਰੇਹ ਰੂਹ ਵੀ ਮੈਨੂੰ ਪਾਉਣ ਦੀ ਲੋੜ ਨਹੀਂ ਪਈਗੀ ਤੇ ਰੰਗ ਬੰਨ ਬਹੁਤ ਸੋਹਣਾ ਹੋਇਆ ਤੇ ਬੂਝਾ ਵੀ ਚੰਗਾ ਸੀਗਾ ਤੇ ਪਹਿਲੀ ਮੋਨੀ ਵੀ ਬਹੁਤ ਛੇਤੀ ਤਿਆਰ ਹੋਈ ਮਤਲਬ ਵੀ 40 ਕੁ ਦਿਨਾਂ ਬਾਅਦ ਮੈਂ ਮਤਲਬ ਟੱਕ ਲਾ ਲਿਆ ਸੀਗਾ ਤੇ 5-5 ਫੁੱਟ ਦੇ ਨੇੜੇ 4.5-5 ਫੁੱਟ ਦੇ ਨੇੜੇ ਮਤਲਬ ਵੀ ਮੈਂ ਵੱਢ ਲਈ ਮੋਨੀ ਆਹ ਦੂਸਰੀ ਮੋਨੀ ਤੇ ਤੀਸਰੀ ਮੈਂ ਫੇਰ ਚਾਰ ਲੈਣੀ ਹੈ ਤੇ ਰੇਹ ਫੇਰ ਵੀ ਨਹੀਂ ਪਾਈਗੀ ਮੈਂ ਨਹੀਂ ਆਮ ਹੁੰਦਾ ਜੀ ਇੱਧਰੋਂ ਟੱਕ ਵੱਢਿਆ ਜਾਂਦਾ ਤੇ ਇੱਧਰੋਂ ਨਵੀਂ ਫੁੱਟਦੀ ਉਦੋਂ ਰੇਹ ਪਾਉਣੀ ਪੈਂਦੀ ਹੈ ਯੂਰੀਆ ਵੀ ਥੋੜ੍ਹੀ ਘਣੀ ਭਲਾ 5 ਪਾਵੇ 4 ਪਾਵੇ ਪਰ ਇਹ 'ਚ ਮੈਂ ਪਾਈ ਨਹੀਂ ਗਈ ਤੁਸੀਂ ਇਹਨੂੰ ਦਿਖਾਇਆ ਨਹੀਂ ਯੂਰੀਆ ਨਹੀਂ ਮਤਲਬ ਇਹਨੂੰ ਜਮਾ ਹੀ ਨਹੀਂ ਪਾਇਆ ਗਿਆ ਸ਼ੁਰੂ ਤੋਂ ਹੀ ਸ਼ੁਰੂ ਤੋਂ ਨਹੀਂ ਜੀ ਅੱਛਾ ਠੀਕ ਹੈ ਨਾ ਤੇ ਇਹ ਬਹੁਤ ਸੋਹਣੇ ਖੜੇ ਆ ਪੱਠੇ ਆ ਮੇਰੇ ਪੱਠੇ ਬਹੁਤ ਵਧੀਆ ਹੁਣ ਵੀ ਤੁਸੀਂ ਦੇਖੋ ਵੀ ਤੇ ਦੇਖਿਆ ਕਿਉਂਕਿ ਦੁੱਧ ਆ ਮੈਂ ਪੀਣਾ ਹੈਗਾ ਬੱਚਿਆਂ ਨੇ ਪੀਣਾ ਹੈਗਾ ਜੀ ਤੇ ਜ਼ਹਿਰ ਵਾਲੇ ਪੱਠੇ ਗਊ ਨੂੰ ਪਾਵਾਂਗੇ ਤਾਂ ਉਹ ਮੇਰੇ ਅੰਦਰ ਵੀ ਆਉਣਗੇ ਪਹਿਲਾਂ ਤੇ ਉਸ ਕਰਕੇ ਵੀ ਪੱਠਿਆਂ ਤੇ ਸਬਜ਼ੀ ਦਾ ਕੋਸ਼ਿਸ਼ ਕਰੀਦੀ ਆ ਕਣਕ 'ਚ ਵੀ ਮੈਂ ਘਰੇ ਚੱਕੀ ਇਸੇ ਕਰਕੇ ਲਾਈ ਹੋਈ ਵੀ ਕਣਕ 'ਚ ਵੀ ਬਹੁਤ ਘੱਟ ਰਹੇ ਸਪਰੇ ਹੋਵੇ ਤੇ ਮਤਲਬ ਵੀ ਆਪਾਂ ਆਪ ਵੀ ਖਾਈਏ ਔਰ ਜਿਹੜਾ ਮੇਰਾ ਭਰਾ ਕੋਈ ਖਾਵੇ ਉਹ ਵੀ ਮਤਲਬ ਵੀ ਚੰਗੀ ਚੀਜ਼ ਖਾਵੇ ਦੇਖੋ ਇਹ ਜੇ ਹੁਣ ਦੂਜੀ ਮੋਨੀ ਆ ਉਹ ਵੀ 2.5 ਫੁੱਟ ਦੇ ਆਸੇ ਪਾਸੇ ਜਿਹੜੀ ਇਹ ਵੱਢ ਰਹੇ ਆ ਅਤੇ ਇਹਨਾਂ ਨੇ ਇੱਕ ਗੱਲ ਕਹੀ ਆ ਕਿ ਚੱਕੀ ਵੀ ਮੈਂ ਘਰੇ ਲਾਈ ਹੋਈ ਹੈ ਵੀ 14 ਕਨਾਲਾਂ ਦੀ ਖੇਤੀ ਹੈ ਅਤੇ ਬੰਦੇ ਦੀ ਸਮਝ ਅਤੇ ਸੋਚ ਵੇਖੋ ਕਿੰਨੀ ਜ਼ਬਰਦਸਤ ਹੈ ਕਿ ਇਹਨਾਂ ਨਾਲ ਜਦੋਂ ਮੇਰੀ ਗੱਲ ਹੁੰਦੀ ਮੈਨੂੰ ਕਿਹਾ ਆਪਾਂ ਚੱਕੀ ਲਾਈ ਆ 2 ਦੀ ਮੋਟਰ ਲੱਗੀ ਹੋਈ ਆ ਅਤੇ ਚੱਕੀ ਦੇ ਉੱਤੇ ਆਟਾ ਆਪਦਾ ਆਪ ਪੀਂਦੇ ਆ ਤੇ ਇਹ ਕਹਿੰਦੇ ਵੀ ਜੇ ਆਪਾਂ ਚੱਕੀ ਤੇ ਲੈ ਕੇ ਜਾਂਦੇ ਸੀ ਕਣਕ ਤਾਂ ਉਹ ਕਣਕ ਬਦਲ ਦਿੰਦੇ ਆ ਹਾਂਜੀ ਉਹਨਾਂ ਨੂੰ ਪਤਾ ਸੀ ਵੀ ਇਹ ਘੱਟ ਰੇ ਸਪਰੇ ਕਰਦਾ ਤੇ ਉਹ ਬਦਲ ਦਿੰਦੇ ਸੀ ਕਣਕ ਜੀ ਉਹਦੇ ਕਰਕੇ ਮੈਂ ਲਾਈ ਆ ਮੈਂ ਪੱਠਿਆਂ ਤੇ ਮੇਰੀ 2 ਦੀ ਮੋਟਰ ਸੀ ਮੈਂ ਉਹ ਤੋਂ ਹਟਾਤੀ ਉਹ ਤੇ ਮੈਂ ਸਿਹਤ ਸਹੀ ਰੱਖਣ ਵਾਸਤੇ ਹੱਥੀ ਕੁਤਰਦਾ ਪੱਠੇ ਤੇ 2 ਦੀ ਮੋਟਰ ਚੱਕੀ ਤੇ 2 ਦੀ ਚੱਕੀ ਤੇ ਲਾਤੀ ਜੀ ਪੱਕੀ ਉਹ ਅੱਛਾ ਇੱਕ ਗੱਲ ਹੋਰ ਇਹ ਆਏ ਨਹੀਂ ਵੀ ਉਹ ਚੱਕੀ ਘਰੇ ਲੱਗੀ ਆ ਤੇ 20-25-50 ਕਿਲੋ ਆਟਾ ਕੱਢ ਲੈਂਦੇ ਆ ਤੁਸੀਂ ਇੱਕ ਵਾਰੀ ਚ ਕਿੰਨਾ ਆਟਾ ਇਹ 10 ਜਾਂ ਵੱਧ ਤੋਂ ਵੱਧ 15 ਜੀ ਕਿਉਂਕਿ ਮੈਂ ਵੇਖਦਾ ਵੀ ਉਹ ਚੱਲ ਕੇ ਪੌੜ ਗਰਮ ਹੁੰਦੇ ਆ ਜੀ ਗਰਮ ਉਮੜ ਕੇ ਗਰਮ ਆਟਾ ਤੇ ਉਹ ਚ ਮੱਚ ਮਰਦਾ ਉਹਦਾ ਮਤਲਬ ਸਵਾਦ ਟੇਸਟ ਘੱਟ ਜਾਂਦਾ ਉਹਦੇ ਕਰਕੇ ਗਰਮ ਹੋਣੀ ਨਹੀਂ ਚਾਹੀਦੇ 10-12 ਕਿਲੋ ਕੱਢਿਆ ਤਾਜ਼ਾ ਖਾਧਾ ਫਿਰ ਦੁਬਾਰੇ ਫੇਰ ਕੱਢ ਲਈ ਹੁਣ ਮੈਂ ਵੀ ਮਾੜਾ ਜਿਹਾ ਗਿਆਨ ਘੋਟ ਦਿਆਂ ਵੀ ਕਣਕ ਦਾ ਆਟਾ 15 ਦਿਨਾਂ ਤੋਂ ਵੱਧ ਪੁਰਾਣਾ ਨਹੀਂ ਖਾਣਾ ਚਾਹੀਦਾ ਤੇ ਜਿਹੜਾ ਬਾਜਰਾ ਮੱਕੀ ਜਵਾਰ ਕੋਧਰਾ ਕੰਗਣੀ ਹੈ ਉਹ 7 ਦਿਨਾਂ ਤੋਂ ਵੱਧ ਪੁਰਾਣਾ ਆਟਾ ਹੋਣਾ ਨਹੀਂ ਚਾਹੀਦਾ ਖਾਣ ਵਾਸਤੇ ਮੱਕੀ ਉਦੋਂ ਬਾਅਦ ਉਹ ਬਕਾਰ ਹੋ ਜਾਂਦੀ ਹੈ ਹਾਂਜੀ ਮੱਕੀ ਮਤਲਬ ਵੀ ਘਰੇ ਪੀਸ ਲਈਦੀ ਸੀ ਲਿਆਈ ਦੀ ਹਿਸਾਬ ਤੇ ਮੱਕੀ ਸੋ ਹੋਰ ਕੀ ਕਹਿਣਾ ਚਾਹੁੰਦੇ ਸਬਜ਼ੀ ਆਪਾਂ ਦਿਖਾਉਨੇ ਜੀ ਆਪਾਂ ਨੇ ਸਬਜ਼ੀ ਸਾਰੀ ਤਰ੍ਹਾਂ ਦੀ ਲਾਈ ਆ ਮੈਂ 3 ਮਰਲਿਆਂ ਚ ਲਾਈ ਵੀ ਇਹ ਸਬਜ਼ੀ ਜੀ ਸਾਰੀ ਜੀ ਦੇਖੋ ਆਹ ਮੇਰੇ ਮਟਰਾਂ ਦੇ ਬੂਟੇ ਵਿੱਚੇ ਮੇਰੇ ਗਾਜਰਾਂ ਲੱਗੀਆਂ ਜੀ ਠੀਕ ਆ ਆਹ ਵਿੱਚੇ ਮੇਰੇ ਲਾਏ ਹਰੇ ਗੰਢੇ ਜੀ ਠੀਕ ਆ ਇਧਰਲੇ ਪਾਸੇ ਸਲਗਮ ਲੱਗਾ ਜੀ ਚੌਦਾਂ ਕਨਾਲਾਂ ਦੀ ਖੇਤੀ ਆ ਜਿਹਦੇ ਚੋ 13 ਕਨਾਲਾਂ ਚ ਕਣਕ ਹੈ 10 ਮਰਲਿਆਂ ਚ ਪੱਠੇ ਜੀ ਹਾਂ 5 ਮਰਲੇ ਚ ਆਪਣਾ ਉਹ ਹੋ ਗਿਆ ਜੀ ਕਮਾਦ ਹੋ ਗਿਆ ਤੇ 3-4 ਮਰਲੇ ਚਾਹੀਦੇ ਆਪਣੇ ਲਸਣਾ ਜੀ ਇੱਕ ਮਰਲਾ ਹੋਊਗਾ ਜੀ ਤੇ ਇਹ ਮਤਲਬ ਮੈਨੂੰ ਖਾਣ ਨੂੰ ਵਾਧੂ ਹੋ ਜੂਗਾ ਜੀ ਹੋ ਸਕਦਾ ਵਧਿਆ ਹੋਵੇ ਤਾਂ ਰਿਸ਼ਤੇਦਾਰ ਨੂੰ ਵੀ ਦਿੱਤਾ ਜਾਂਦਾ ਆਹ ਮੇਰਾ ਧਨੀਆ ਲਾਇਆ ਜੀ ਇਹ ਵੀ ਮੈਂ ਰੱਜ ਕੇ ਚਾਰਿਆ ਜੀ ਤੇ ਰੱਜ ਕੇ ਆਂਢ ਗੁਆਂਢ ਨੂੰ ਦਿੱਤਾ ਤੇ ਹੁਣ ਛੱਡਤਾ ਜੀ ਤੇ ਹੁਣ ਇਹ ਚ ਹਾਂਜੀ ਪਿਛਲੇ ਸਾਲ ਵੀ ਮੈਂ ਇੰਨਾ ਕੀ ਲਾਇਆ ਸੀ ਮੇਰੇ 2 ਕਿਲੋ ਹੋ ਗਿਆ ਜੀ ਸੁੱਕਾ ਧਨੀਆ ਤੇ ਮੈਂ ਆਪਦਾ ਮਸਾਲਾ ਇਹ ਨਾਲ ਮੂਲੀ ਹੈ ਜੀ ਠੀਕ ਹੈ ਜੀ ਹਾਂਜੀ ਆਹ ਇਧਰਲੇ ਪਾਸੇ ਆਪਣਾ ਆ ਗਿਆ ਜੀ ਇਹ ਪਾਲਕ ਆ ਗਿਆ ਜੀ ਪਹਿਲਾਂ ਇੱਥੇ ਗੇਤੀਆਂ ਮੂਲੀਆਂ ਤੇ ਸਲਗਮ ਸੀਗੇ ਉਹ ਮੈਂ ਇੱਥੇ ਹੁਣ ਗੰਢੇ ਲਾਏ ਹੋਏ ਜੀ ਠੀਕ ਹੈ ਜੀ ਤੇ ਆਹ ਇੱਧਰ ਗਾਜਰਾਂ ਜੀ ਆਪਣੇ ਪਹਿਲਾਂ ਉਹ ਨਾਲ ਗਾਜਰਾਂ ਲਾਈਆਂ ਜੀ ਠੀਕ ਹੈ ਹਾਂਜੀ ਆਹ ਆਲੂ ਹੋ ਗਏ ਜੀ ਮਲਚਿੰਗ ਵਾਲੇ ਬਸ ਹੁਣ ਪੱਟਣ ਦੇ ਲਾਇਕ ਆ ਜੀ ਅੱਛਾ ਦਿਖਾਓ ਤਾਂ ਹੁਣ ਕਿੰਨਾ ਕੁ ਬਣਿਆ ਆਲੂ ਥੱਲੇ ਬਾਈ ਮਲਚਿੰਗ ਵਾਲੇ ਆਲੂ ਵੀ ਦੇਖ ਲਓ ਜਿਹੋ ਜਿਹੇ ਵੀ ਬਣੇ ਆ ਅਸੀਂ ਤੁਹਾਨੂੰ ਉਹੋ ਜਿਹੇ ਦਿਖਾ ਦੇਣੇ ਆ ਇਹ ਮੇਰੇ ਗਲਤੀ ਹੋ ਗਈ ਮੈਂ ਇੱਥੋਂ ਬੈੱਡ ਤੇ ਨਹੀਂ ਬੀਜੇ ਗਏ ਪੱਧਰ ਥਾਂ ਦੇ ਬੀਜੇ ਜੀ ਅੱਛਾ ਤੇ ਤੁਸੀਂ ਮਿੱਟੀ ਲਾਈ ਹੋਈ ਆ ਨਹੀਂ ਨਹੀਂ ਲਾਈ ਨਹੀਂ ਜੀ ਇਹ ਤਾਂ ਬਸ ਆਈ ਆ ਕੁਛ ਨਹੀਂ ਕੀਤਾ ਅੱਛਾ ਕਿੰਨਾ ਚਿਰ ਹੋਇਆ ਇਹਨਾਂ ਨੂੰ ਲਾਇਆ ਨੂੰ ਇਹਨਾਂ ਨੂੰ ਜੀ ਇਹ ਵੀ 1 ਨਵੰਬਰ ਦੇ ਬੀਜੇ ਜੀ ਅੱਛਾ ਫਿਰ ਤਾਂ ਅਜੇ ਤਾਂ ਬਣਿਆ ਨਹੀਂ ਹਾਂਜੀ ਹਾਂਜੀ ਆ ਵਿਖਾ ਅੱਜ ਛੋਟੇ ਸਾਈਜ਼ ਹਾਂ ਅਜੇ ਤਾਂ ਪਿਆ ਟਾਈਮ ਇਹਨਾਂ ਦਾ ਹਾਂਜੀ ਹਾਂ ਇਹਨਾਂ ਨੂੰ ਵੱਡੇ ਹੋਣ ਦਿਓ ਫਿਰ ਦਿਖਾਵਾਂਗੇ ਹਾਂ ਤੁਸੀਂ ਦੇਖੋ ਵੀ ਇਹ ਬੂਟੇ ਥੱਲੇ ਕਿੰਨਾ ਦਾਣਾ ਬਣਿਆ ਹੋਇਆ ਹਾਂਜੀ ਆ ਵੀ ਇਧਰਲੇ ਪਾਸੇ ਵੀ ਠੀਕ ਹੈ ਜੀ ਹਾਂ ਅੱਛਾ
ਦੇਖੋ ਕਿੰਨਾ ਦਾਣਾ ਬਣਿਆ ਹੋਇਆ ਇੱਕ ਬੂਟੇ ਥੱਲੇ ਆਲੂਆਂ ਦਾ, ਤੇ ਅਜੇ ਦੋ ਡੇਢ ਮਹੀਨਾ ਤਾਂ ਅਜੇ ਇੱਥੇ ਹੈਗੇ ਹੀ ਆ। ਠੀਕ ਹੈ ਤਾਂ ਦੋਸਤੋ ਪੰਜ ਮਰਲਿਆਂ ਦੇ ਵਿੱਚ ਇਧਰਲੇ ਮਰਲੇ ਜਗ੍ਹਾ ਇਹ ਆਪਣਾ ਆ ਗਿਆ ਜੀ ਮੇਥੇ, ਇਹ ਮੇਥੇ ਆ ਗਿਆ ਆ ਬੰਦ ਗੋਭੀ ਜੀ। ਹਾਂਜੀ ਹਾਂਜੀ ਇਹ ਦੇਖੋ ਜੀ ਮੇਥੇ ਆ ਉਹ ਉਤੋਂ ਤੱਕ। ਹਾਂਜੀ ਆ ਨਾਲ ਬੰਦ ਗੋਭੀ ਦਾ ਜੀ ਇਹ ਸੀਗਾ ਸਰ ਜੀ, ਨਹੀਂ ਇਹ ਆਪਣੇ ਪੀਲੇ ਪੀਲੇ ਸਲਗਮ ਹੈ ਜੀ, ਉਹ ਚਿੱਟੇ ਸਲਗਮ ਸੀ ਇਹ ਪੀਲੇ ਸਲਗਮ ਹੈ। ਹਾਂਜੀ ਤੇ ਆ ਬੰਦ ਗੋਭੀ, ਆ ਬੰਦ ਗੋਭੀ ਲੈ ਲੈਣਾ ਜੀ। ਹਾਂਜੀ ਅੱਜ ਹੀ ਲੈ ਕੇ ਗਿਆ ਸੀ ਇੱਥੋਂ ਹੀ ਲੈ ਕੇ ਗਏ। ਹਾਂਜੀ ਹਾਂਜੀ ਤੇ ਆ ਆਪਣਾ ਹਰੇ ਪਿਆਜ਼ ਆ ਗਏ ਜੀ, ਜੀ ਇਧਰਲੇ ਪਾਸੇ ਫੁੱਲ ਗੋਭੀ ਆ ਗਈ ਜੀ। ਠੀਕ ਹੈ ਆ ਫੁੱਲ ਗੋਭੀ ਆ ਗਈ, ਆ ਇਹ ਬਛੇਤੀ ਆ ਬਗੇਤੀ ਮੈਂ ਪਹਿਲਾਂ ਵਰਤ ਲਈ ਸਾਰੀ। ਅੱਛਾ ਹਨੇਰਾ ਹੋਣ ਕਰਕੇ ਨਾ ਹੁਣ ਸਾਫ਼ ਨਹੀਂ ਦਿਖਾਈ ਦੇ ਰਿਹਾ, ਫੋਕਸ ਨਹੀਂ ਹੋ ਰਿਹਾ। ਤਾਂ ਦੋਸਤੋ ਜੋ ਅਸੀਂ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਜਿਹੜੀ ਮੈਂ ਸਾਂਝ ਪਾਉਣੀ ਸੀ, ਇੱਧਰ ਆ ਜਾਓ ਬਾਈ ਜੀ। ਹਾਂਜੀ ਉਹ ਮੈਨੂੰ ਲੱਗਦਾ ਮੈਂ ਪਾ ਚੁੱਕਿਆ, ਜੋ ਸੁਨੇਹਾ ਦੇਣੀ ਉਹ ਦੇ ਚੁੱਕਿਆ। ਜੋਰਾਵਰ ਸਿੰਘ 14 ਕਨਾਲਾਂ ਖੇਤੀ, 14 ਕਨਾਲਾਂ ਦੇ ਵਿੱਚ ਸਮਝ ਇਹ ਆ ਕਿ ਮੈਂ ਆਪਣੇ ਬੱਚਿਆਂ ਨੂੰ ਕੋਠੀ ਤਾਂ ਪਾ ਕੇ ਨਹੀਂ ਦੇ ਸਕਦਾ, ਪਰ ਉਹਨਾਂ ਨੂੰ ਸਿਹਤ ਜ਼ਰੂਰ ਦੇ ਸਕਦਾ। 10-12 ਤਰ੍ਹਾਂ ਦਾ ਤਾਂ ਘਰ ਅਤੇ ਖੇਤ ਦੇ ਵਿੱਚ ਫਰੂਟ ਲਾਈ ਬੈਠੇ ਆ, ਸਾਰੀ ਔਰਗੈਨਿਕ ਸਬਜ਼ੀ ਆਪ ਕਰਦੇ ਆ। ਠੀਕ ਹੈ ਪੱਠੇ ਵੀ ਔਰਗੈਨਿਕ ਕਰਦੇ ਪਏ ਆ, ਉਹ ਵੀ ਮਲਚਿੰਗ ਨਾਲ, ਕਣਕ ਵੀ ਮਲਚਿੰਗ ਵਾਲੀ ਕੀਤੀ ਹੋਈ ਆ। ਯਾਰ ਜੇ ਜੋਰਾਵਰ ਸਿੰਘ ਕੋਲ ਇਹ ਸਮਝ ਹੋ ਸਕਦੀ ਆ ਤਾਂ ਤੁਸੀਂ ਵੀ ਤਾਂ ਜੋਰਾਵਰ ਸਿੰਘ ਹੀ ਹੋ, ਤੁਹਾਡੇ ਕੋਲ ਵੀ ਇਹ ਸਮਝ ਹੋ ਸਕਦੀ ਆ। ਕੋਈ ਬਾਹਰੋਂ ਆ ਕੇ ਤਾਂ ਸਾਨੂੰ ਸਮਝ ਦੇ ਕੇ ਨਹੀਂ ਜਾਊਗਾ। ਠੀਕ ਹੈ ਅਤੇ ਬਾਕੀ ਕਹਿੰਦੇ ਹੁੰਦੇ ਆ ਵੀ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਆ, ਮੇਰਾ ਤਾਂ ਇਹ ਕੰਮ ਆ ਭਰਾਵੋ ਵੀ ਜਿਹੜਾ ਆਪਾਂ ਨੂੰ ਪਰਮਾਤਮਾ ਨੇ ਡਿਊਟੀ ਲਾ ਤੀ ਉਹ ਨਿਭਾਈ ਚੱਲੇ। ਸੋ ਜੇ ਵੀਡੀਓ ਲੱਗੀ ਹੋਵੇ ਚੰਗੀ ਤਾਂ ਇਹਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਬੈੱਲ ਆਈਕੋਨ 'ਤੇ ਕਰ ਦਿਓ ਕਲਿੱਕ। ਅੱਜ ਲਈ ਇੰਨਾ ਹੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਹਨੇਰਾ ਹੋ ਗਿਆ ਸੀ ਨਾ ਕੱਟ ਲਈ ਕੋਈ।